ਗੁਰੂ ਪਿਆਰਿਓ, ਅੱਜ ਅਸੀਂ ਆਏ ਹਾਂ ਗੁਰਦੁਆਰਾ ਸ਼੍ਰੀ ਦਸਮੇਸ਼ਗੜ੍ਹ ਸਾਹਿਬ, ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋਂ ਮਾਜਰੇ ਵਾਲਿਆਂ ਦਾ ਤਪ ਸਥਾਨ ਹੈ ਜੀ ਇਹ। ਇਸ ਸਥਾਨ 'ਤੇ ਬਾਬਾ ਜੀ ਨੇ ਆਪਣੀ ਜ਼ਿੰਦਗੀ ਦੇ ਸਾਰੇ ਸਾਲ ਤਪ ਕੀਤਾ। ਇਸ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋ ਵਾਰ ਆਏ ਸਨ। ਉਹ ਇੱਥੇ ਇੱਕ ਹਫ਼ਤਾ ਰੁਕੇ ਸਨ। ਉਹਨਾਂ ਨੇ ਇੱਥੇ ਅੰਮ੍ਰਿਤ ਵੀ ਛਕਾਇਆ ਸੀ ਸੰਗਤਾਂ ਨੂੰ। ਇਸ ਸਥਾਨ ਦੇ ਇਤਿਹਾਸ ਦੀ ਪੂਰੀ ਵੀਡੀਓ ਸਾਡੇ ਚੈਨਲ 'ਤੇ ਅਪਲੋਡ ਕਰ ਦਿੱਤੀ ਜਾਵੇਗੀ ਕੁਛ ਟਾਈਮ ਬਾਅਦ। ਹੁਣ ਤੁਸੀਂ ਦਰਸ਼ਨ ਕਰੋ, ਵਾਹਿਗੁਰੂ ਮੇਲ ਕਰੇ ਤੁਹਾਡੇ ਸਭ 'ਤੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।